ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ। ਇਹ ਮੇਰਾ ਪਲਾਨ ਆਈਸਲੈਂਡ ਜਾਣਾ ਸੀ ਘੁੰਮਣ ਲਈ ਤੇ ਉਹ ਮੇਰਾ ਪਲਾਨ ਸਭ ਤੋਂ ਪਹਿਲਾਂ ਮੇਰਾ ਪਹਿਲਾ ਪਲਾਨ ਸੀ ਉਹ ਕੈਨਸਲ ਹੋ ਗਿਆ ਤੇ ਮੈਨੂੰ ਲੱਗਾ ਕਿ ਯਾਰ ਮੈਂ ਐਕਟਰ ਹਾਂ ਤੇ ਮੇਰੇ ਕੋਲ ਐਕਟਿੰਗ ਕਰਾਉ ਨਾ ਮੈਂ ਆਈ ਐਮ ਨੋਟ ਅ ਡਾਂਸਰ। ਮੈਂ ਕਿਹਾ ਆਹ ਵੇਖੋ ਯੂਟਿਊਬ ਤੇ ਸਾਰੇ ਮੈਨੂੰ ਆਈ ਕਹਿੰਦੇ ਨੇ ਵਿਚਾਰੀ 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 ਮੇਰਾ ਇਹ ਦੂਜਾ ਨਾਂ ਪੈ ਗਿਆ ਤੇ ਮੈਨੂੰ ਹੁੰਦਾ ਕਿ ਮੈਂ ਵੱਖਰਾ ਕਰਾਂ। ਈਚ ਟਾਈਮ ਆਈ ਡੂ ਸਮਥਿੰਗ ਡਿਫਰੈਂਟ ਤੇ ਮੈਂ ਮੇਰੇ ਇੱਦਾਂ ਹੁੰਦੇ ਨੇ ਕਿ ਆ ਗਿਆ ਅੱਛਾ ਕਰਾਂ ਨਹੀਂ ਕਰਾਂ ਚੰਗਾ ਲੱਗਾ ਨਹੀਂ ਨਹੀਂ ਤੇ ਮੈਂ ਕੋਈ ਐਕਸਕਿਊਜ਼ ਦੇ ਦਾਂਗੀ ਨਹੀਂ 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 ਜਾਂ ਕੁਛ ਕਰ ਲਾਂਗੀ ਜਾਂ ਮੈਂ ਹਾਂ ਕਰ ਲਾਂਗੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਭਵਨੀਤ ਕੌਸ਼ਲ, ਤੁਸੀਂ ਵੇਖ ਰਹੇ ਹੋ ABP ਸਾਂਝਾ ਤੇ ਅੱਜ ਐਂਟਰਟੇਨਮੈਂਟ ਦੀ ਦੁਨੀਆ ਤੋਂ ਮੈਂ ਇੱਕ ਐਸੀ ਕੁੜੀ ਨੂੰ ਲੈ ਕੇ ਆਇਆ ਜਿਸ ਨੂੰ ਅਸੀਂ ਵੇਖ ਕੇ ਕਿਹਾ ਕਿ ਇੱਕ ਵਾਰੀ ਹੋਰ ਸੋਚ ਲਓ ਕਿ ਇਹ ਕੁੜੀ ਸਾਨੂੰ ਫਿਲਮਾਂ ਦੇ ਵਿੱਚ ਕਿਉਂ ਨਹੀਂ ਦਿਖਦੀ, ਇੱਕ ਵਾਰੀ ਹੋਰ ਸੋਚ ਲਓ ਕਿ ਇਹ ਕੁੜੀ ਸਿਰਫ ਗਾਣਿਆਂ ਦੇ ਵਿੱਚ ਹੀ ਸਾਨੂੰ ਐਂਟਰਟੇਨ ਕਿਉਂ ਕਰਦੀ ਹੈ। ਉਹ ਸਾਰੇ ਸਵਾਲ ਅੱਜ ਮੈਂ ਫਾਈਨਲੀ ਸਿਮਰਨ ਕੌਰ ਹੁੰਦਲ ਤੋਂ ਪੁੱਛਣ ਵਾਲਾ ਜਿਨ੍ਹਾਂ ਨੇ ਲੋਕਡਾਊਨ ਦੇ ਵਿੱਚ ਕਈ ਗੀਤਾਂ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਖੂਬ ਐਂਟਰਟੇਨ ਕੀਤਾ ਹੈ। ਵੈਲਕਮ ਸਿਮਰਨ, ਵੈਲਕਮ ਟੂ ABP। ਸਤਿਕਾਰ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ। ਕੀ ਹਾਲ ਚਾਲ ਨੇ? ਮੇਰਾ ਵਧੀਆ, ਤੁਸੀਂ ਦੱਸੋ? ਮੇਰਾ ਬਹੁਤ ਵਧੀਆ, ਕਿਉਂਕਿ ਫਾਈਨਲੀ ਮੈਂ ਸਿਮਰਨ ਨਾਲ ਗੱਲ ਕਰ ਰਿਹਾ ਸੀ। ਕਾਫੀ ਟਾਈਮ ਤੋਂ ਟਰਾਈ ਕਰ ਰਹੇ ਸੀ ਕਿ ਹੁਣ ਫਾਈਨਲੀ ਇੱਕ ਦਿਨ ਆਇਆ ਸੀ ਇਕੱਠੇ ਗੱਲ ਕਰ ਰਹੇ ਹਾਂ। ਉਹ ਵੀ ਹੁਣ ਐਸਾ ਟਾਈਮ ਹੈ ਕਿ ਲੋਕਡਾਊਨ ਚੱਲ ਰਿਹਾ ਤੇ ਲਾਈਕ ਤੁਸੀਂ ਬੰਬੇ ਹੋ, ਮੈਂ ਚੰਡੀਗੜ੍ਹ ਹਾਂ ਤੇ ਹੁਣ ਅਸੀਂ ਜ਼ੂਮ ਦੇ ਰਾਹੀਂ ਗੱਲ ਕਰ ਰਹੇ ਹਾਂ। ਹਾਂਜੀ 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 ਬਿਲਕੁਲ। ਤੇ ਸਿਮਰਨ, ਹੁਣ ਅਗਰ ਆਪਾਂ ਵੇਖੀਏ ਜਿਸ ਤਰ੍ਹਾਂ ਹੁਣ ਟਾਈਮ ਬਦਲ ਗਿਆ, ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਜਿਹੜੇ ਪ੍ਰੋਡਕਟਸ ਆਣੇ ਸੀ ਉਹ ਨਹੀਂ ਆ ਪਾਏ, ਲੇਕਿਨ ਇਸ ਲੋਕਡਾਊਨ ਦੇ ਦੌਰਾਨ ਤੁਹਾਡੇ ਵੱਲੋਂ ਵਧੀਆ ਵਧੀਆ ਗੀਤ ਜਿਹੜੇ ਪੇਸ਼ ਕੀਤੇ ਗਏ, ਦੋ ਸੁਪਰ ਹਿੱਟ ਨੰਬਰ ਤੁਹਾਡੇ ਕੋਲ ਹੈਗੇ ਨੇ। ਅਸੀਂ ਐਮੀ ਵਿਰਕ ਦੇ ਨਾਲ ਤੁਹਾਡਾ ਗੀਤ ਦੇਖਿਆ, ਉਹਨੂੰ ਬਹੁਤ ਪਿਆਰ ਮਿਲਿਆ, ਤੇ ਰੀਸੈਂਟਲੀ ਬੱਬਲ ਰਾਏ ਦੇ ਨਾਲ ਵੀ ਗੀਤ ਆਇਆ, ਬਹੁਤ ਸਾਰਾ ਪਿਆਰ ਤੁਹਾਨੂੰ ਤੁਹਾਡੇ ਗੀਤਾਂ ਨੂੰ ਮਿਲਿਆ, ਜਿਸ ਦੇ ਵਿੱਚ ਤੁਹਾਡੀ ਜਿਹੜੀ ਐਕਟਿੰਗ ਹੈ ਉਸਨੂੰ ਖੂਬ ਪਸੰਦ ਕੀਤਾ ਗਿਆ। ਤਾਂ ਇਸ ਦੇ ਬਾਰੇ ਪਹਿਲਾਂ ਮੈਂ ਜਾਣਨਾ ਚਾਹੁੰਗਾ ਕਿ ਲੋਕਡਾਊਨ ਦੇ ਵਿੱਚ ਕਿੰਨਾ ਕੁਝ ਕੰਮ ਕੀਤਾ। ਮੈਂ ਲੋਕਡਾਊਨ ਚ ਸਿਰਫ ਇੱਕ ਸੌਂਗ ਸ਼ੂਟ ਕੀਤਾ ਸੀ, ਉਹ ਹੈ ਆਕਾਸ਼, ਜਿਹੜਾ ਤੁਸੀਂ ਸਾਰੇ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੇ ਪਸੰਦ ਕੀਤਾ, ਗਲੈਡ ਕਿ ਕੀਤਾ ਲੋਕਾਂ ਨੇ ਪਸੰਦ। ਬਸ ਉਹੀ ਸੌਂਗ ਕੀਤਾ ਮੈਂ, ਕਿਉਂਕਿ ਮੈਂ ਬੰਬੇ ਸੀ ਤੇ ਸ਼ੂਟ ਸਾਰੀ ਪੰਜਾਬ ਹੋਈ ਸੀ ਤੇ ਮੈਂ ਇੰਨਾ ਆਰਟ। ਬਟ ਜਿਹੜੇ ਪਹਿਲਾਂ ਤੋਂ ਤੁਹਾਡੇ ਸ਼ੂਟ ਪਏ ਸੀ ਉਹ ਰਿਲੀਜ਼ ਹੋਏ ਫਿਰ ਗੀਤ, ਹੈ ਨਾ? ਬਿਲਕੁਲ। ਤੇ ਸਿਮਰਨ, ਕੀ ਕੁਛ ਪਲਾਨ ਕੀਤਾ ਹੋਇਆ ਸੀ ਸਾਲ 2020 ਦੇ ਲਈ? ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਗਾ ਜਿਹੜਾ ਫਿਲਹਾਲ ਹੁਣ ਹੋਲਡ ਤੇ, ਕਿਉਂਕਿ 5 ਮਹੀਨੇ ਆਲਮੋਸਟ ਹੋ ਚੁੱਕੇ ਨੇ ਲੋਕਡਾਊਨ। ਹਾਂਜੀ, ਪਲਾਨ ਤੇ ਮੇਰਾ ਪਹਿਲਾਂ ਦਾ ਆ ਸੀ, ਮੇਰਾ ਬਰਥਡੇ ਆਉਂਦਾ ਮਈ ਨੂੰ ਤੇ ਮੇਰਾ ਪਲਾਨ ਆਈਸਲੈਂਡ ਜਾਣਾ ਸੀ ਘੁੰਮਣ ਲਈ ਤੇ ਉਹ ਮੇਰਾ ਪਲਾਨ ਸਭ ਤੋਂ ਪਹਿਲਾਂ ਮੇਰਾ ਪਹਿਲਾ ਪਲਾਨ ਸੀ ਉਹ ਕੈਂਸਲ ਹੋ ਗਿਆ ਤੇ ਥੋੜੀ ਜਿਹੀ ਸ਼ੂਟ ਥੋੜੇ ਜਿਹੇ ਪ੍ਰੋਜੈਕਟ ਸੀ ਉਹ ਮੇਰੇ ਕੈਂਸਲ ਹੋ ਗਏ, ਬਾਕੀ ਤੇ ਕੁਛ ਵੀ ਨਹੀਂ। ਬਾਕੀ ਆਮ ਹੋਮ ਬੋਡੀ, ਮੈਨੂੰ ਚੰਗਾ ਲੱਗਦਾ ਹੈ ਘਰੇ ਬਹਿਣਾ, ਘਰੇ ਟਾਈਮ ਸਪੈਂਡ ਕਰਨਾ ਤੇ ਉਹ ਬਾਕੀ ਸਭ ਠੀਕ। ਜੋ ਕਿ ਬਹੁਤ ਚੰਗੀ ਕਹਿ ਸਕਦੇ ਅਦਾਕਾਰੀ ਪੇਸ਼ ਕਰਦਾ ਪਰਦੇ ਦੇ ਉੱਤੇ, ਤੇ ਇਹ ਕਿੱਥੋਂ ਸ਼ੁਰੂਆਤ ਹੋਈ ਸੀ ਕਿ ਪੰਜਾਬੀ ਗਾਣੇ ਹੁਣ ਕਰ ਲਿੱਤੇ ਜਾਣ? ਮੇਰਾ ਕੋਈ ਪਲਾਨ ਨਹੀਂ ਸੀ ਪੰਜਾਬੀ ਸੌਂਗਸ ਚ ਯੂਨੋ ਇੱਦਾਂ ਆਉਣਾ, ਬਟ ਮੈਂ ਸੀਰੀਅਲ ਕਰਦੀ ਸੀ, ਫਿਲਮਾਂ ਦੇ ਆਫਰ ਮੈਨੂੰ ਹੁਣ 7-8 ਸਾਲ ਹੋ ਗਏ ਮੈਨੂੰ ਆ ਰਹੇ ਨੇ ਪੰਜਾਬ ਤੋਂ, ਬਟ ਕੁਛ ਨਾ ਕੁਛ ਹੋ ਕੇ ਨਹੀਂ ਵਰਕਆਊਟ ਹੁੰਦਾ ਹੈ, ਕੁਛ ਨਾ ਕੁਛ ਹੁੰਦਾ ਰਹਿੰਦਾ ਹੈ। ਸੌਂਗ ਦਾ ਹੋਇਆ ਸੀ ਕਿ ਹਰੀਸ਼ ਇਜ਼ ਅ ਫਰੈਂਡ, ਉਹ ਮੇਰੇ ਕੋਸਟਾਰ ਨਾਨਾ ਇਸ ਦੇਸ ਲਾਡੂ ਨੇ ਇੱਕ ਸ਼ੋਅ ਕਰਦੀ ਸੀ ਲਾਡੂ ਦੀ ਸ਼ੂਟ ਕਰਦੇ ਸੀ, ਵੀ ਇਸ ਟੂ ਇਨਕਰੇਜ ਹਿਮ, ਕਿਉਂਕਿ ਬਹੁਤ ਸੋਹਣਾ ਗਾਉਂਦੇ ਸੀ ਤੇ ਤੁਸੀਂ ਕਰੋ ਕੁਛ ਗਾਓ ਗਾਓ ਯੂ ਨੋ ਯੂ ਸ਼ੁਡ ਬੀ ਅ ਸਿੰਗਰ। ਅਨੁਰਾਗ ਸਿੰਘ ਵੀ ਫਰੈਂਡ ਨੇ ਤੇ ਉਹ ਡਾਇਰੈਕਟ ਕਰ ਰਹੇ ਸੀ, ਆਈ ਵਾਸ ਰੀਲੀ ਹੈਪੀ ਕਿ ਮੈਂ ਅਨੁਰਾਗ ਸਿੰਘ ਨਾਲ ਕੰਮ ਕਰ ਰਹੀ ਹਾਂ ਤੇ ਹਰੀਸ਼ ਨਾਲ ਕੰਮ ਕਰ ਰਹੀ ਹਾਂ, ਦੈਟਸ ਹਾਊ ਆਈ ਸਟਾਰਟਡ।
ਉਦਾਂ ਮੇਰਾ ਕੋਈ ਆ ਨਹੀਂ ਸੀ ਕਿ ਕਿਉਂਕਿ ਜਿਸ ਟਾਈਮ ਮੈਂ ਇੱਕ ਵਾਰੀ ਹੋਰ ਸੋਚ ਲਿਆ ਸੌਂਗ ਕੀਤਾ ਸੀ ਸ਼ੂਟ ਉਸ ਟਾਈਮ ਸਿਰਫ ਮਾਡਲਸ ਕਰਦੀ ਸੀ ਜੀ ਹੈ ਨਾ ਉਹਨੇ ਮਾਡਲਸ ਕਰਦੇ ਸੀ ਸੌਂਗਸ ਹੋ ਗਿਆ ਕਿ ਹਾਂ ਐਕਟ੍ਰੈਸਸ ਵੀ ਆ ਰਹੀਆਂ ਨੇ ਉਹ ਵੀ ਕਰ ਰਹੀਆਂ ਨੇ ਜੀ 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 ਬਿਲਕੁਲ ਤੇ ਇਹ ਇੱਕ ਸਾਡੇ ਇੱਥੇ ਟਰਮ ਕਹਿੰਦਾ ਹੈਗਾ ਗਾਣਿਆਂ 'ਚ ਐਕਟਿੰਗ ਹੈਗੀ ਆ ਉਹਨਾਂ ਦਾ ਇੱਕ ਅਲੱਗ ਹੀ ਬਣਾ ਦਿੱਤਾ ਗਿਆ ਜਿਹੜੇ ਸਿਰਫ ਗਾਣੇ ਕਰਦੇ ਨੇ ਉਹ ਸੀਗੇ ਲੇਕਿਨ ਹੁਣ ਹੌਲੀ ਹੌਲੀ ਜਿੱਦਾਂ ਗਾਣੇ ਵੱਡੇ ਹੁੰਦੇ ਗਏ ਤੁਹਾਡੇ ਗੀਤਾਂ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੀਏ ਜਿੰਨੇ ਤੁਸੀਂ ਗੀਤ ਕੀਤੇ ਨੇ ਉਹ ਸਾਰੇ ਸਟੋਰੀ ਡ੍ਰਿਵਨ ਨੇ ਇਹ ਕਿ ਤੁਹਾਡੀ ਚੋਇਸ ਹੁੰਦੀ ਸੀ ਕਿ ਮੈਂ ਉਹੀ ਗਾਣਾ ਕਰਾਂਗੀ ਜਿਹਦੇ ਵਿੱਚ ਇੱਕ ਕਹਾਣੀ ਹੋਏਗੀ ਮੈਂ ਨਾ ਆਪਣੇ ਕੰਮ ਨੂੰ ਲੈ ਕੇ ਥੋੜੀ ਜਿਹੀ ਸਿਲੈਕਟਿਵ ਆ ਜੇ ਤੁਸੀਂ ਮੇਰਾ ਥੋੜਾ ਵੀ ਕੰਮ ਫੋਲੋ ਕੀਤਾ ਹੈ ਮਾਡਲ ਤਾਂ ਕਰਕੇ ਮੈਨੂੰ ਹੁੰਦਾ ਕਿ ਕੁਛ ਹੋਵੇ ਹੈ ਨਾ ਦੇਰ ਸ਼ੁਡ ਬੀ ਸਮਥਿੰਗ ਦੈਟ ਆਈ ਕੈਨ ਡੂ ਲੋਕਾਂ ਨੂੰ ਵੀ ਪਸੰਦ ਆਏਗਾ ਮੇਰੇ ਤੋਂ ਮੇਰੇ ਆਡੀਅੰਸ ਮੈਂ ਤੋਂ ਵੀ ਇੱਕ ਐਕਸਪੈਕਟੇਸ਼ਨਸ ਰੱਖਦੀਆਂ ਤੇ ਆਈ ਹੈਵ ਟੂ ਯੂ ਨੋ ਬੀ ਐਟ ਲੀਸਟ ਐਟ ਮਾਰਕ ਐਟ ਦੈਟ ਬਿਲਕੁਲ ਤੇ ਉਸੇ ਕਰਕੇ ਮੈਂ ਕਹਿ ਸਕਦਾ ਇੱਕ ਵਾਰੀ ਹੋਰ ਸੋਚ ਲਿਆ ਗੀਤ ਆਇਆ ਉਸਦੇ ਵਿੱਚ ਕਹਾਣੀ ਸੀ ਉਸ ਤੋਂ ਬਾਅਦ ਵੀ ਜਿਹੜੇ ਤੁਸੀਂ ਗੀਤਾਂ ਦੇ ਵਿੱਚ ਕੰਮ ਕੀਤਾ ਕਹਾਣੀਆਂ ਸੀਗੀਆਂ ਰੀਸੈਂਟਲੀ ਅਗਰ ਮੈਂ ਦੋਨੋਂ ਗੀਤਾਂ ਦੀ ਗੱਲ ਕਰਾਂ ਚਾਹੇ ਮੈਂ ਐਮੀ ਵਾਲੇ ਗੀਤ ਦੀ ਗੱਲ ਕਰਾਂ ਜਾਂ ਬੱਬਲ ਵਾਲੇ ਗੀਤ ਦੀ ਗੱਲ ਦੋਨਾਂ 'ਚ ਕਹਾਣੀਆਂ ਨੇ ਔਰ ਦੋਹਾਂ ਦੇ ਲਾਈਕ ਸਾਰੇ ਗੀਤਾਂ ਵਿੱਚ ਅਕਸਰ ਤੁਹਾਡਾ ਦਿਲ ਟੁੱਟਦਾ ਹੀ ਟੁੱਟਦਾ ਆ ਹੈ ਨਾ ਲੱਗਦਾ ਕਿ ਜਿਹੜੇ ਡਾਇਰੈਕਟਰਸ ਨੇ ਸਾਰਿਆਂ ਨੂੰ ਲੱਗਦਾ ਕਿ ਸਿਮਰਨ ਦਿਲ ਟੁੱਟੀ ਹੋਈ ਸਕਰੀਨ ਤੇ ਸੋਹਣੀ ਲੱਗਦੀ ਹੈ ਰਾਈਟ ਮੈਂ ਪਤਾ ਮੈਂ ਆਈ ਕਹਿ ਰਹੀ ਸੀ ਇਨਫੈਕਟ ਜਿਹੜੇ ਜਿਨ੍ਹਾਂ ਨੇ ਡਾਇਰੈਕਟ ਕੀਤੇ ਬਹੁਤ ਸੌਂਗਸ ਨਵਜੀਤ ਬੁੱਢਰ ਮੈਂ ਉਹਨਾਂ ਨੂੰ ਮੈਸੇਜ ਕੀਤਾ ਮੈਂ ਕਿਹਾ ਆਹ ਵੇਖੋ ਯੂਟਿਊਬ ਤੇ ਸਾਰੇ ਮੈਨੂੰ ਆਈ ਕਹਿੰਦੇ ਨੇ ਵਿਚਾਰੀ 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 ਮੇਰਾ ਦੂਜਾ ਨਾਂ ਪੈ ਗਿਆ ਵਿਚਾਰੀ ਪੰਜਾਬੀ ਵਿਚਾਰੀ ਕੁੜੀ ਵਿਚਾਰੀ ਕੁੜੀ ਮੈਂ ਕਿਹਾ ਯਾਰ ਇੱਕ ਤੇ ਕਿਸੇ ਨੇ ਮੈਸੇਜ ਕੀਤਾ ਜਸਟਿਸ ਫੋਰ ਸਿਮਰਨ ਕੌਰ ਹੁੰਦਲ ਸਟਾਰਟ ਕੀਤਾ ਜਾਵੇ ਕਿ ਇਹਨੂੰ ਮੁੰਡਾ ਕਿਉਂ ਨੀ ਮਿਲਦਾ I was like, oh God, would the audience reach on the air ki mere mil jaye munda Punjabi industry de Jimmy Shergill ban ke reh gaye Jimmy Shergill nu Bollywood de vich kudi nahi mildi si kade tonu aithe munda nahi milda kade hai na We should work together then hai na ਤੁਸੀਂ ਦੋਨੋਂ ਕਿਉਂ ਨੀ ਇਕੱਠੇ ਆ ਜਾਂਦੇ ਕਿ ਦੇਖੋ ਉਧਰ ਤੁਹਾਨੂੰ ਨਹੀਂ ਮਿਲ ਰਿਹਾ ਮੈਨੂੰ ਇਧਰ ਨਹੀਂ ਮਿਲ ਰਿਹਾ we should make a love story ਵੈਸੇ ਹੈ ਨਾ ਬੇਬਸ ਵਿਚਾਰੀ ਕੁੜੀ ਦਿਖ ਰਹੇ ਹੋ ਸਕਰੀਨ ਦੇ ਉੱਤੇ ਇੱਕ ਵਾਰੀ ਹੋਰ ਸੋਚ ਲਿਆ ਦੇ ਵਿੱਚ ਵੀ ਸੋ ਡੂ ਯੂ ਲਾਈਕ ਕਿਉਂਕਿ ਲਾਡੋ ਵੀ ਮੈਨੂੰ ਯਾਦ ਹੈ ਨਾ ਲਾਡੋ ਦੇ ਵਿੱਚ ਵੀ ਜਿਹੜਾ ਤੁਹਾਡਾ ਕਿਰਦਾਰ ਸੀਗਾ ਸੀਰੀਅਲ ਦੇ ਵਿੱਚ ਉਸਦੇ ਵਿੱਚ ਵੀ ਇੱਕ ਆਹੀ ਵਿਚਾਰੀ ਸਾਈਡ ਸੀਗੀ ਉਸ ਕੁੜੀ ਦੀ ਰਾਈਟ ਤਾਂ ਇਹ ਕੀ ਸ਼ੁਰੂ ਤੋਂ ਚੱਲਦਾ ਆ ਰਿਹਾ ਜਾਂ ਫਿਰ ਯੂ ਲਾਈਕ ਥੋਰਲੀ ਇੰਜੋਏ ਦਿਸ ਇਸੇ ਕਰਕੇ ਤੁਹਾਨੂੰ ਇਹੋ ਜਿਹੇ ਕਿਰਦਾਰ ਆਫਰ ਹੁੰਦੇ ਨੇ ਨਹੀਂ ਮੈਂ ਬਿਲਕੁਲ ਵੀ ਇੰਜੋਏ ਨਹੀਂ ਕਰਦੀ ਮੈਂ ਟੀਵੀ ਤੋਂ ਬ੍ਰੇਕ ਤਾਂ ਹੀ ਲਿਆ ਸੀ ਕਿਉਂਕਿ ਉਹ ਇੰਨੀ ਜ਼ਿਆਦਾ ਮੋਨੋਟਨਸ ਹੋ ਗਿਆ ਸੀ ਨਾ ਕਿਉਂਕਿ ਇੱਕ ਕੈਰੇਕਟਰ ਸੀ ਟੀਵੀ 'ਚ ਐਟਲੀਸਟ 1 or 2 ਇਅਰਸ ਕਰਦੇ ਹੋ ਉਹ ਮੋਨੋਟਨੀ ਹੋ ਜਾਂਦੀ ਹੈ ਤੇ ਮੈਨੂੰ ਹੁੰਦਾ ਕਿ ਮੈਂ ਵੱਖਰਾ ਕਰਾਂ ਈਚ ਟਾਈਮ ਆਈ ਡੂ ਸਮਥਿੰਗ ਡਿਫਰੈਂਟ ਮੈਂ 3 ਸ਼ੋਜ਼ ਕੀਤੇ ਨੇ ਟੀਵੀ 'ਚ ਪਹਿਲਾਂ ਸੀ ਇੱਕ ਸੀ ਲਾਈਕ ਕੈਰੇਕਟਰ ਦੂਜਾ ਸੀ ਵਿਚਾਰੀ ਦਾ ਬਟ ਉਹਦੇ ਵੀ ਗ੍ਰਾਫ ਸੀ ਕਿ ਯੂ ਨੋ ਪਹਿਲਾਂ ਛੋਟੀ ਕੁੜੀ ਆ ਟੀਨੇਜਰ ਐਂਡ ਦੈਨ ਹਾਊ ਸ਼ੀ ਬਿਕਮਸ ਅ ਵੂਮਨ ਐਂਡ ਸਟਰੋਂਗ ਹੋ ਜਾਂਦੀ ਹੈ ਜੇ ਮੇਰਾ ਤੀਜਾ ਸ਼ੋਅ ਸੀ ਉਹ ਨਾਮਿਕਾ ਉਹਦੇ 'ਚ ਮੈਂ ਚੁੜੈਲ ਬਣੀ ਆ ਬਿਲਕੁਲ ਬਿਲਕੁਲ ਵਿਚਾਰੀ ਤਾਂ ਸਿੱਧੀ ਚੁੜੈਲ ਬਣ ਗਈ ਸੀ ਹੈ ਨਾ ਪੰਜਾਬ ਚ ਵੀ ਕੁਛ ਏਦਾਂ ਹੀ ਕਰ ਲਾ ਬਟ ਸਿਮਰਨ ਇਹ ਜਿਸ ਸਵਾਲ ਤੋਂ ਮੈਂ ਸ਼ੁਰੂਆਤ ਕੀਤੀ ਸੀ ਕਿ ਇਹ ਕੁੜੀ ਚੰਗੀ ਅਦਾਕਾਰ ਹੈ ਉਹ ਸਾਨੂੰ ਗੀਤਾਂ ਦੇ ਵਿੱਚ ਦੇਖ ਗਿਆ ਠੀਕ ਹੈ ਤੁਹਾਨੂੰ ਪੰਜਾਬੀ ਵੀ ਬੋਲਣੀ ਆਉਂਦੀ ਹੈ ਫਿਰ ਫਿਲਮਾਂ ਕਿਉਂ ਨਹੀਂ ਕੀਤੀਆਂ ਹਜੇ ਤੱਕ ਕਿਉਂਕਿ ਫਿਲਮਾਂ ਦੇ ਵਿੱਚ ਵੀ ਸਾਨੂੰ ਚੰਗੀਆਂ ਐਕਟ੍ਰੈਸਿਸ ਦੀ ਲੋੜ ਹੈ ਸਾਡੇ ਕੋਲ ਇੱਥੇ ਚੰਗੀਆਂ ਐਕਟ੍ਰੈਸਿਸ ਨੇ ਬਟ ਨਵੇਂ ਚਿਹਰਿਆਂ ਦੀ ਹਮੇਸ਼ਾ ਲੋੜ ਰਹਿੰਦੀ ਹੈ ਇੰਡਸਟਰੀ ਦੇ ਵਿੱਚ ਮੈਂ ਵੀ ਕਰਨਾ ਚਾਹੁੰਦੀ ਹਾਂ ਕੋਈ ਚੰਗੀ ਸਕ੍ਰਿਪਟ ਹੋਵੇ ਟੀਮ ਚੰਗੀ ਹੋਵੇ ਤੇ ਆਈ ਰੀਅਲੀ ਵਾਂਟ ਟੂ ਡੂ ਕਿਉਂਕਿ ਮੈਂ ਤੇ ਮੇਰੀ ਪੂਰੀ ਫੈਮਿਲੀ ਪੰਜਾਬੀ ਸਿਨੇਮਾ ਦੀ ਫੈਨ ਹੈ ਤੇ
ਮੈਂ ਵੀ ਚਾਹੁੰਦੀ ਹਾਂ ਕਿ ਆਪਣੇ ਆਪ ਨੂੰ ਵੇਖਾਂ ਹੈ ਨਾ ਪੰਜਾਬੀ ਬੋਲਦੇ ਹੋਏ ਸਕਰੀਨ ਤੇ, ਚੰਗਾ ਲੱਗਦਾ। ਬਟ ਮੈਂ ਉਹ ਵੇਟ ਕਰ ਰਹੀ ਹਾਂ ਕੋਈ ਚੰਗੇ ਪ੍ਰੋਜੈਕਟ ਲਈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਥੋੜੀ ਜਿਹੀ ਸਿਲੈਕਟ ਹਾਂ ਆਪਣੇ ਕੰਮ ਨੂੰ ਲੈ ਕੇ। ਮੈਂ ਚਾਹੁੰਦੀ ਹਾਂ ਕੋਈ ਚੰਗੀ ਸਕ੍ਰਿਪਟ ਹੋਵੇ, ਚੰਗੀ ਟੀਮ ਹੋਵੇ, ਤੇ ਮੈਂ ਜ਼ਰੂਰ ਕਰਨਾ। ਤੇ ਅਗਰ ਮੈਂ ਗੱਲ ਕਰਾਂ ਕਿਹੋ ਜਿਹੀ ਫਿਲਮ ਤੁਸੀਂ ਕਰਨਾ ਚਾਹੁੰਦੇ ਹੋ, ਕਿਉਂਕਿ ਹੁਣ ਤਾਂ ਹਰ ਟਾਈਪ ਦਾ ਸਿਨੇਮਾ ਇੱਥੇ ਵੀ ਬਣ ਰਿਹਾ ਹਰ ਟਾਈਪ ਦੇ, ਕਿਉਂਕਿ ਹੁਣ ਪਿਛਲੇ ਸਾਲ ਅਸੀਂ ਦੇਖਿਆ ਵਿਮਨ ਓਰੀਐਂਟਡ ਫਿਲਮਾਂ ਬਹੁਤ ਬਣੀਆਂ ਨੇ। ਕਾਲਾ ਸ਼ਾਹ ਕਾਲਾ ਆਈ ਸੀ ਉਸਦੇ ਵਿੱਚ, ਸਰਗੁਣ ਲਾਈਕ ਗੁੱਡੀਆਂ ਪਟੋਲੇ ਆਈ ਸੀ ਉਸਦੇ ਵਿੱਚ, ਸੋਨਮ ਤੋਂ ਉਸ ਤੋਂ ਬਾਅਦ ਅੜਬ ਮੁਟਿਆਰੇ ਉਸਦੇ ਵਿੱਚ ਵੀ ਸੋਨਮ ਦਾ ਬਹੁਤ ਵਧੀਆ ਕਿਰਦਾਰ ਸੀ। ਲਾਈਕ ਹੁਣ ਤਾਂ ਵਿਮਨ ਓਰੀਐਂਟਡ ਵੀ ਹੈਗਾ, ਲਾਈਕ ਕੁੜੀਆਂ ਨੂੰ ਸਿਰਫ ਕਹਿੰਦੇ ਨਾ ਕਿ ਸਿਰਫ ਆਈ ਕੈਂਡੀ ਦੇ ਤੌਰ ਤੇ ਯੂਜ਼ ਨਹੀਂ ਕੀਤਾ ਜਾਂਦਾ, ਬਲਕਿ ਉਹਨਾਂ ਦੇ ਕਿਰਦਾਰ ਬਹੁਤ ਸਟਰੋਂਗ ਹੋ ਗਏ ਨੇ। ਸੋ ਐਸੀ ਕਿਹੜੀ ਥਿਨ ਲਾਈਨ ਸੀ ਜਿਸ ਦੇ ਇਸਨੇ ਇੰਨੇ ਸਾਲ ਅਜੇ ਤੱਕ ਵੇਟ ਕਰਵਾ ਰੱਖਿਆ? ਪਤਾ ਕੀ ਹੁੰਦਾ ਹੈ, ਜਦੋਂ ਤੁਸੀਂ ਟੀਵੀ ਤੋਂ ਫਿਲਮਾਂ ਚ ਇਦਾਂ ਜਾਂਦੇ ਹੋ ਨਾ, ਸਪੈਸ਼ਲੀ ਜੇ ਤੁਸੀਂ ਟੀਵੀ ਚ ਮੇਨ ਲੀਡ ਕੀਤਾ ਹੈ, ਟੀਵੀ ਚ ਆ ਹੁੰਦਾ ਹੈ ਕਿ ਐਕਟ੍ਰੈਸ ਜਿਹੜੀ ਹੁੰਦੀ ਹੈ, ਫੀਮੇਲ ਐਕਟਰ ਜਿਹੜੀ ਹੁੰਦੀ ਹੈ, ਉਹ ਸਭ ਕੁਛ ਹੁੰਦੀ ਹੈ, ਸ਼ੀ ਇਜ਼ ਦ ਹੀਰੋ, ਸ਼ੀ ਇਜ਼ ਐਵਰੀਥਿੰਗ, ਹੈ ਨਾ। ਤੁਸੀਂ ਸੈੱਟ ਤੇ ਜਾਂਦੇ ਹੋ ਤੇ ਲੋਕਾਂ ਨੂੰ ਹੁੰਦਾ ਹਾਂ ਆ ਗਈ, ਚਲੋ ਦੈਟ। ਤੇ ਇੱਥੇ ਕੀ ਹੋ ਜਾਂਦਾ, ਥੋੜਾ ਜਿਹਾ ਇੱਕ ਨਾ ਚੇਂਜ ਹੋ ਜਾਂਦਾ, ਤੁਸੀਂ ਕੁਛ ਵੀ ਕਹਿ ਲਓ, ਥੋੜਾ ਤੇ ਹੋ ਹੀ ਜਾਂਦਾ ਹੈ। ਤੇ ਮੈਨੂੰ ਆ ਨਹੀਂ ਹੈ ਕਿ ਯੂ ਨੋ ਟ੍ਰੀਟ ਮੀ ਲਾਈਕ ਦੈਟ, ਬਟ ਮੈਨੂੰ ਹੁੰਦਾ ਕਿ ਕੁਛ ਹੋਵੇ, ਕੋਈ ਇੱਦਾਂ ਦਾ ਕੈਰੇਕਟਰ ਹੋਵੇ ਕਿ ਲੋਕਾਂ ਨੂੰ ਵੀ ਮੇਰੀ ਜਿਹੜੀ ਕ੍ਰਾਫਟ ਹੈ ਉਹ ਪਤਾ ਲੱਗੇ, ਹੈ ਨਾ। ਆ ਨਹੀਂ ਕਿ ਬਸ ਹਾਂ ਦੋ ਗਾਣੇ ਹੋਵੇ, ਇੱਕ ਸੀਨ ਹੋ ਗਿਆ, ਹਾਂ ਚਲੋ ਹੱਸ ਖੇਡ ਲਿਆ ਹੋ ਗਿਆ, ਇੱਦਾਂ ਦਾ ਨਹੀਂ, ਥੋੜਾ ਤੇ ਕੁਛ ਤੇ ਹੋਵੇ ਕਰਨ ਲਈ। ਤੇ ਆਈ ਐਮ ਸ਼ੋਰ ਹੋ ਜਾਏਗਾ, ਤੁਸੀਂ ਵੀ ਕਹਿ ਰਹੇ ਹੋ, ਬਹੁਤ ਲੋਕੀ ਕਹਿ ਰਹੇ ਨੇ ਹੋ ਜਾਏਗਾ। ਮੈਨੂੰ ਲੱਗਦਾ ਹੈ, ਮੈਨੂੰ ਦੱਸੋ ਤੁਹਾਡੇ ਫੇਵਰੇਟ ਡਾਇਰੈਕਟਰ ਕੌਣ ਨੇ, ਲਾਈਕ ਯਾ ਫੇਵਰੇਟ ਟੀਮ ਕਿਹੜੀ ਹੈ? ਮੈਂ ਪਰਸਨਲੀ ਗੱਲ ਕਰਾਂ ਨਾ ਤਾਂ ਗੱਲ ਕਿ ਵਾਈ ਆਰ ਯੂ ਨਾਟ ਆਫਰਿੰਗ ਐਮੀ ਵੀਰਨ ਨੂੰ, ਮੈਂ ਕਹਿ ਦਿੰਦਾ ਹਾਂਜੀ ਵਾਈ ਆਰ ਯੂ ਨਾਟ ਆਫਰਿੰਗ ਹਰ। ਵੈਸੇ ਤੁਸੀਂ ਸਾਰਿਆਂ ਨਾਲ ਕੰਮ ਕਰ ਲਿਆ ਹੈ ਨਾ, ਦਿਲਜੀਤ ਨਾਲ ਤੁਸੀਂ ਕੰਮ ਕੀਤਾ ਹੈ, ਤੁਸੀਂ ਲਾਈਕ ਐਮੀ, ਇਹ ਦੋ ਮੇਨ ਨਾਮ ਅਗਰ ਮੈਂ ਗੱਲ ਕਰਾਂ, ਇਹ ਦੋਨੋਂ ਲਾਈਕ ਟੌਪ ਸੈਲੀਬ੍ਰਿਟੀਜ਼ ਨੇ ਸਾਡੇ ਇੱਥੇ ਦੇ, ਲਾਈਕ ਐਕਟਰਸ ਦੇ ਵਿੱਚੋਂ ਜੇ ਗੱਲ ਕਰਾਂ, ਤਾਂ ਕਦੇ ਇਹਨਾਂ ਨਾਲ ਵੀ ਬਹਿ ਕੇ ਗੱਲ ਹੋਈ ਕਿ ਹਾਂ ਤੁਹਾਨੂੰ ਫਿਲਮ ਕਰਨੀ ਚਾਹੀਦੀ ਹੈ, ਇਹਨਾਂ ਨਾਲ ਕਦੇ ਡਿਸਕਸ਼ਨ ਹੋਇਆ ਇਸ ਬਾਰੇ? ਨਹੀਂ, ਮੈਂ ਨਾ ਬਹੁਤ ਥੋੜੀ ਜਿਹੀ ਇੱਦਾਂ, ਮੈਨੂੰ ਹੁੰਦਾ ਨੀ ਕਿਸੇ ਤੋਂ ਇੱਦਾਂ ਦਾ ਬੋਲਣਾ ਕਿ ਪਲੀਜ਼ ਇਹਨੂੰ ਕੰਮ ਕਰੀਏ। ਅਸੀਂ ਜੇ ਉਹਨਾਂ ਨੂੰ ਲੱਗੇਗਾ ਕਿ ਹਾਂ ਆਈ ਐਮ ਕੇਪੇਬਲ, ਤੇ ਉਹ ਮੈਨੂੰ ਆਪ ਕਹਿ ਦੇਣਗੇ ਜਾਂ ਆਪ ਮੈਨੂੰ ਆਫਰ ਕਰ ਦੇਣਗੇ। ਤੁਸੀਂ ਇੰਡਸਟਰੀ 'ਚ ਵੈਸੇ ਵੀ ਸੋਸ਼ਲ ਬਹੁਤ ਘੱਟ ਹੋ, ਰਾਈਟ? ਮੈਂ ਨਹੀਂ ਹਾਂ, ਮੈਂ ਮੇਰੇ ਜਿਹੜੇ ਫਰੈਂਡਸ ਵੀ ਆ ਉਹ ਜ਼ਿਆਦਾ ਐਕਟਰਸ ਨਹੀਂ ਹੈ ਇੱਥੇ ਵੀ, ਰਾਈਟਰਸ ਨੇ ਆਊਟ ਆਫ ਦ ਇੰਡਸਟਰੀ ਨੇ, ਮੈਂ ਇੰਨਾ ਜ਼ਿਆਦਾ ਨਹੀਂ ਆ ਸੋਸ਼ਲ, ਆਈ ਐਮ ਨਾਟ ਅ ਸੋਸ਼ਲ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਘਰੇ ਜਾਣਾ ਬਹੁਤ ਪਸੰਦ ਹੈ, ਲੋਕਡਾਊਨ ਬੜਾ ਸੌਖਾ ਗਿਆ ਹੈ, ਕਿਉਂਕਿ ਮੈਨੂੰ ਕੋਈ ਕੰਪਲੇਂਟ ਨਹੀਂ ਹੈ ਕਿ ਹਾਏ ਮੈਂ ਇੱਥੇ ਨਹੀਂ ਜਾ ਸਕਦੀ, ਇਹਨੂੰ ਨਹੀਂ ਮਿਲ ਸਕਦੀ, ਉਹ ਨਹੀਂ ਕਰ ਸਕਦੀ, ਕੁਛ ਵੀ ਨਹੀਂ, ਆਈ ਐਮ ਵੈਰੀ ਹੈਪੀ ਐਟ ਹੋਮ। ਜੋ ਤੁਸੀਂ ਕਹਿ ਰਹੇ ਸੀ, ਫੇਵਰੇਟ ਤੇ ਬਹੁਤ ਨੇ ਪੰਜਾਬੀ, ਅੰਬਰਦੀਪ ਜੀ ਇਸ ਫੈਬਿਊਲਸ, ਉਹਨਾਂ ਦੀ ਰਾਈਟਿੰਗ ਡਾਇਰੈਕਟਿੰਗ ਇਸ ਅਮੇਜ਼ਿੰਗ, ਬਿਗ ਫੈਨ। ਤੇ ਜਗਦੀਪ ਇਸ ਅ ਫਰੈਂਡ ਐਂਡ ਆਲਸੋ ਹੀ ਇਸ ਅ ਵੈਰੀ ਗੁੱਡ ਡਾਇਰੈਕਟਰ ਐਂਡ ਰਾਈਟਰ। ਅਨੁਰਾਗ ਦੇ ਨਾਲ ਮੈਂ ਦੋ ਸੌਂਗ ਕੀਤੇ ਤੇ ਆਈ ਐਮ ਵੈਰੀ ਹੈਪੀ ਐਂਡ ਕੰਟੈਂਟ ਕਿ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਤੇ ਬਿਲਕੁਲ, ਤੇ ਕਹਿੰਦੇ ਨਾ ਜਦ ਤੁਸੀਂ ਟੈਲੀਵਿਜ਼ਨ ਕਰਦੇ ਹੋ, ਸਰਗੁਣ ਟੈਲੀਵਿਜ਼ਨ ਤੋਂ ਆਏ ਨੇ, ਅਦਿਤੀ ਟੈਲੀਵਿਜ਼ਨ ਤੋਂ ਆਏ ਨੇ, ਤੇ ਉਹਨਾਂ ਦਾ ਕਰਾਫਟ ਕਿੰਨਾ ਫਾਈਨ ਹੋ ਜਾਂਦਾ ਹੈ, ਬੈਕ ਟੂ ਬੈਕ ਕੰਮ ਕਰਕੇ ਉਹ ਸਭ ਨੂੰ ਦਿਖਦਾ ਹੈ। ਪੰਜਾਬ ਦੇ ਵਿੱਚ ਵੀ ਆ ਕੇ ਦੋਨੋਂ ਕੁੜੀਆਂ ਨੇ ਕੰਮ ਕੀਤਾ ਤਾਂ ਬਹੁਤ ਚੰਗਾ ਲੱਗ ਗਿਆ ਸਾਰਿਆਂ ਨੂੰ, ਤੇ ਪਤਾ ਲੱਗਿਆ ਕਿ ਕਿੰਨਾ ਫਾਈਨ ਹੋ ਕੇ ਆਏ ਨੇ। ਤਾਂ ਟੈਲੀਵਿਜ਼ਨ ਕਰਦੇ ਕਰਦੇ ਜਿਵੇਂ ਬੈਕ ਟੂ ਬੈਕ ਆਪਾਂ ਐਕਟਿੰਗ ਕਰਦੇ ਹਾਂ, ਹੁਣ ਉਸ ਭੁੱਖ ਨੂੰ ਮਿਟਾਉਣ ਲਈ ਤੁਸੀਂ ਕੀ ਕਰ ਰਹੇ ਹੋ? ਕਿਉਂਕਿ ਕਹਿੰਦੇ ਨਾ ਜਦ ਕਲਾਕਾਰ ਦੇ ਅੰਦਰ ਕਹਿੰਦੇ ਇੱਕ ਕੰਮ ਦੀ ਭੁੱਖ ਆ ਜਾਂਦੀ ਹੈ, ਨਹੀਂ ਯਾਰ ਆਈ ਹੈਵ ਟੂ ਫੇਸ ਕੈਮਰਾ, ਹੈਵ ਟੂ ਡੂ ਦਿਸ, ਹੈਵ ਟੂ ਡੂ ਡਾਇਲੌਗਸ, ਐਵਰੀਥਿੰਗ, ਤਾਂ ਉਸ ਨੂੰ ਕਿਵੇਂ ਮੈਨੇਜ ਕਰਦੇ ਹੋ ਫਿਰ ਤੁਸੀਂ? ਫਿਰ ਭੁੱਖ ਤੇ ਹਾਂ ਹੈ, ਮੈਂ ਆਈ ਵੋਂਟ ਡਿਨਾਈ, ਬਟ ਅਗੇਨ ਮੈਂ ਬਹੁਤ ਸਿਲੈਕਟਿਵ ਹਾਂ। ਜੇ ਮੈਨੂੰ ਕੰਮ ਕਰਨਾ ਹੁੰਦਾ ਹੈ, ਸਿਰਫ ਕੈਮਰਾ ਦੇ ਅੱਗੇ ਆਉਣਾ ਹੁੰਦਾ, ਤੇ ਮੈਂ ਟੀਵੀ ਕਰ ਲਈ, ਆਈ ਵੁੱਡ ਹੈਵ ਕੰਟੀਨਿਊਡ ਡੂਇੰਗ ਟੀਵੀ। ਮੈਨੂੰ ਟੀਵੀ ਦੇ ਅੱਗੇ ਵੀ ਆਫਰਸ ਆਉਂਦੇ ਨੇ, ਆਲਮੋਸਟ ਐਵਰੀ ਵੀਕ ਮੈਨੂੰ ਆਉਂਦੇ ਨੇ, ਇਨਫੈਕਟ ਲੋਕਡਾਊਨ ਚ ਵੀ ਮੈਨੂੰ ਬਹੁਤ ਜ਼ਿਆਦਾ ਆਫਰਸ ਆਏ, ਬਟ ਉਹੀ ਆ ਕਿ ਇੱਕ ਮੋਨੋਟਨੀ ਹੋ ਜਾਂਦੀ। ਤੁਸੀਂ ਐਟ ਲੀਸਟ 25 ਡੇਜ਼ ਤੁਸੀਂ ਮਹੀਨੇ ਦੇ ਦੇਣੇ ਪੈਂਦੇ ਨੇ ਤੁਹਾਨੂੰ ਟੀਵੀ,
ਲਵਾਂਗੀ ਪਤਾ ਕੀ ਹੁੰਦਾ ਵਿੰਟਰ ਜਿਵੇਂ ਅਕਟੋਬਰ ਤੋਂ ਦੋ ਮਹੀਨੇ ਮਤਲਬ ਸੈਪਟੈਂਬਰ ਆਲਮੋਸਟ ਸੈਪਟੈਂਬਰ ਤੋਂ ਨਾ ਕਾਲ ਸਟਾਰਟ ਹੋ ਜਾਂਦੀ ਨੇ ਪੰਜਾਬੀ ਫਿਲਮਸ ਦੀ ਜੇ ਮੈਂ ਨੋਟਿਸ ਕੀਤਾ ਪਿਛਲੇ 8 ਸਾਲ ਅੱਛਾ ਫਰੋਮ 8 ਇਅਰਸ ਮੈਂ ਨੋਟਿਸ ਕੀਤਾ ਕਿ ਸੈਪਟੈਂਬਰ ਤੋਂ ਮੈਨੂੰ ਇੰਨੇ ਜ਼ਿਆਦਾ ਫੁੱਲ ਇਅਰ ਆਉਂਦੇ ਨੇ ਕਾਲਸ ਬਟ ਸੈਪਟੈਂਬਰ ਤੋਂ ਮੈਨੂੰ ਸਟਾਰਟ ਹੋ ਜਾਂਦੇ ਕਾਲਸ ਆਉਣੇ ਕਿਨੂੰ ਆਹ ਫਿਲਮ ਹੈ ਆਹ ਫਿਲਮ ਹੈ ਤੇ ਮੈਂ ਇਸ ਵਾਰੀ ਸੋਚਿਆ ਸੀ ਕਿ ਚੱਲ ਯਾਰ ਹੁਣ ਛੱਡ ਤੂੰ ਸਿਲੈਕਟਿਵ ਹੋਣਾ ਆ ਜੋ ਵੀ ਹੈ ਲੋਕੀ ਜਿਵੇਂ ਯੂ ਨੋ ਯੂ ਵਿਲ ਵਰਕ ਦੈਨ ਪੀਪਲ ਵਿਲ ਨੋ ਕਿ ਹਾਂ ਕੁੜੀ ਨੂੰ ਕੰਮ ਕਰਨਾ ਆਉਂਦਾ ਕੰਮ ਆਉਂਦਾ ਪੰਜਾਬੀ ਬੋਲ ਸਕਦੀ ਆ ਬਟ ਫਿਰ ਕੁਛ ਨਾ ਕੁਛ ਮੈਂ ਪਿਛਲੇ ਸਾਲ ਵੀ ਸੋਚਿਆ ਸੀ ਆਹੀ ਗੱਲ ਕਿ ਮੈਂ ਕਰ ਲਾਂਗੀ ਹਾਂ ਕਰ ਲਾਂਗੀ ਪਤਾ ਨੀ ਕਿਉਂ ਫਿਰ ਮੈਂ ਕਹਿੰਦੀ ਨਹੀਂ ਯਾਰ ਆਹੀ ਕਰਨਾ ਹੁੰਦਾ ਤੇ ਫਿਰ ਮੈਂ ਸੀਰੀਅਲ ਹੀ ਕਰ ਲਾ ਅੱਛਾ ਲਾਈਕ ਉਸ ਉਹੀ ਕਿ ਹਜੇ ਤੱਕ ਕੋਈ ਕਿਰਦਾਰ ਕਲਿੱਕ ਨਹੀਂ ਹੋਇਆ ਵੈਸੇ ਤੁਹਾਨੂੰ ਰੀਸੈਂਟਲੀ ਕਿਹੜੀ ਫਿਲਮਾਂ ਜਿਹੜੀਆਂ ਤੁਹਾਨੂੰ ਚੰਗੀਆਂ ਲੱਗੀਆਂ ਲੱਗਿਆ ਕਿ ਹਾਂ ਯਾਰ ਅਗਰ ਅਗਰ ਇਹ ਮੈਨੂੰ ਆਫਰ ਹੋਇਆ ਨਾ ਸ਼ਾਇਦ ਮੈਂ ਕਰ ਲੈਂਦੀ ਐਸੀ ਕੋਈ ਫਿਲਮ ਲੱਗੀ ਰੀਸੈਂਟ ਪੰਜਾਬੀ ਮੈਨੂੰ ਅੜਪ ਮੁਟਿਆਰਾ ਬਹੁਤ 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 ਕਮਾਲ ਲੱਗੀ ਤੇ ਸੋਨਮ ਦਾ ਕੰਮ ਵਾਸ ਅਮੇਜ਼ਿੰਗ ਬੋਲੀ ਐਕਸੈਂਟ ਸਾਰਾ ਕੁਛ ਬੈਂਗ ਔਨ ਸੀ ਤੇ ਮੈਂ ਆਹ ਨੀ ਕੰਮ ਤਾਰੀਫ ਕਰਨਾ ਜੇ ਉਹ ਡਿਜ਼ਰਵਿੰਗ ਹੈ ਤੇ ਮੈਨੂੰ ਉਹ ਬਹੁਤ ਕਮਾਲ ਲੱਗਾ ਤੇ ਮੈਨੂੰ ਥੋੜੀ ਜਿਹੀ ਚੰਗੀ ਲੱਗੀ ਗੱਲ ਕਿ ਯਾਰ ਫਾਈਨਲੀ ਪੰਜਾਬੀ ਸਿਨੇਮਾ ਯੂ ਨੋ ਇੱਥੇ ਪਹੁੰਚ ਗਿਆ ਹੈ ਕਿ ਇੱਕ ਫੀਮੇਲ ਡਰਿਵਨ ਫਿਲਮ ਬਣ ਰਹੀਆਂ ਨੇ ਔਰ ਤੁਹਾਨੂੰ ਪਤਾ ਉਸ ਟਾਈਮ ਦੇ ਵਿੱਚ ਉਹੀ ਇੱਕ ਐਸੀ ਫਿਲਮ ਸੀ ਜਿਹਨੇ ਚੰਗਾ ਬਿਜ਼ਨਸ ਕੀਤਾ ਉਸ ਤੋਂ ਬਾਅਦ ਤੋਂ ਲੈ ਕੇ ਕਾਫੀ ਮਹੀਨਿਆਂ ਤੱਕ ਤੇ ਉਸ ਤੋਂ ਪਹਿਲਾਂ ਵੀ ਕੋਈ ਫਿਲਮ ਨੇ ਚੰਗਾ ਬਿਜ਼ਨਸ ਨਹੀਂ ਕੀਤਾ ਸੀਗਾ ਤੇ ਆਈ ਐਮ ਗਲੈਡ ਕਿ ਕੀਤਾ ਕਰਨਾ ਵੀ ਚਾਹੀਦਾ ਤੇ ਉਹ ਕਿਹਾ ਮੇਰੀ ਫੇਵਰਿਟ ਫਿਲਮ ਆ ਅੰਗਰੇਜ਼ ਪੰਜਾਬੀ ਹਾਂਜੀ ਮੇਰੇ ਫਾਦਰ ਦੀ ਫੇਵਰਿਟ ਹੈ ਕੁਛ ਵੀ ਨਹੀਂ ਮਿਲਦਾ ਨਾ ਐਂਡ ਵੀ ਆਰ ਲਾਈਕ ਕਨਫਿਊਜ਼ ਕੀ ਵੇਖੀਏ ਵੀ ਵਾਚ ਅੰਗਰੇਜ਼ ਪਤਾ ਨਹੀਂ ਕਿੰਨੀ ਵਾਰੀ ਵੇਖ ਲਿਆ ਅਸੀਂ ਅੰਗਰੇਜ਼ ਤੇ ਆਈ ਵੁੱਡ ਲਵ ਟੂ ਡੂ ਸਮਥਿੰਗ ਲਾਈਕ ਦੈਟ ਐਂਡ ਲੈਟਸ ਸੀ ਕੀ ਹੁੰਦਾ ਹੈ ਤੇ ਹੁਣ ਲਾਈਕ ਗੀਤ ਕਿੰਨੇ ਕੁ ਹੋਰ ਸਾਈਨ ਕਰ ਲਏ ਨੇ ਜਾਂ ਫਿਰ ਗੱਲਾਂ ਚੱਲ ਰਹੀਆਂ ਨੇ ਜਾਂ ਕਿੰਨੇ ਸ਼ੂਟ ਕੀਤੇ ਨੇ ਜਾਂ ਤਿਆਰੀਆਂ ਕੀ ਆ ਹੁਣ ਆਉਣ ਵਾਲੇ ਟਾਈਮ ਦੀਆਂ ਗੀਤ ਤੇ ਮੈਂ ਮੇਰੇ ਏਦਾਂ ਹੁੰਦੇ ਨੇ ਕਿ ਆ ਗਿਆ ਅੱਛਾ ਕਰਾਂ ਨਹੀਂ ਕਰਾਂ ਚੰਗਾ ਲੱਗਾ ਨਹੀਂ ਨਹੀਂ ਤੇ ਮੈਂ ਕੋਈ ਐਕਸਕਿਊਜ਼ ਦੇ ਦਾਂਗੀ ਨਹੀਂ 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 ਜਾਂ ਕੁਛ ਕਰ ਲਾਂਗੀ ਜਾਂ ਮੈਂ ਹਾਂ ਕਰ ਲਾਂਗੀ ਇਟਸ ਲਾਈਕ ਦੈਟ ਅਜੇ ਤੱਕ ਮੈਂ ਕੁਛ ਵੀ ਹਾਂ ਨਹੀਂ ਕੀਤਾ ਐਟਲੀਸਟ ਪੰਜਾਬ 'ਚ ਮੈਂ ਕੁਛ ਵੀ ਹਾਂ ਨਹੀਂ ਕੀਤਾ ਪਰ ਹਾਂ ਗੱਲ ਤੇ ਚੱਲਦੀ ਰਹਿੰਦੀ ਹੈ ਹਾਂ ਇਹ ਸਿਮਰਨ ਕਹੇਗੀ ਹਾਂ ਨਹੀਂ ਕੀਤਾ ਐਂਡ ਸਡਨਲੀ ਤੁਹਾਨੂੰ 15 ਦਿਨ ਬਾਅਦ ਇੱਕ ਗਾਣਾ ਦੇਖੇਗਾ ਉਸ ਦੇ ਵਿੱਚ ਸਿਮਰਨ ਫੀਚਰ ਹੋਏਗੀ ਇਹ ਪੋਸਿਬਿਲਿਟੀ ਤਾਂ ਹੈ ਨਾ ਸਿਮਰਨ ਆਈ ਵੋਂਟ ਡਿਨਾਈ ਇਟ ਯੈਸ ਮੈਨੂੰ ਪਤਾ ਹੈ ਨਾ ਤੇ ਬਾਏ ਦ ਵੇ ਤੁਸੀਂ ਦੱਸਿਆ ਹਰੀਸ਼ ਨਾਲ ਦਾ ਕੰਮ ਕਰਕੇ ਤੁਹਾਨੂੰ ਚੰਗਾ ਲੱਗਿਆ ਕਿ ਤੁਹਾਡੇ ਪਹਿਲਾਂ ਹੀ ਕੋ-ਸਟਾਰ ਰਹਿ ਚੁੱਕੇ ਨੇ ਜਿਹੜੇ ਬਾਕੀ ਸਾਡੇ ਏ-ਲਿਸਟਰਸ ਨਾਲ ਕੰਮ ਕੀਤਾ ਕਿਉਂਕਿ ਫਿਲਮਾਂ ਦੇ ਵਿੱਚ ਜਿਹੜਾ ਇਹਨਾਂ ਨਾਲ ਕੰਮ ਕਰਨ ਨਾਲ ਐਕਸਪੀਰੀਅੰਸ ਹੁੰਦਾ ਉਹ ਤਾਂ ਅਸੀਂ ਉਸੇ ਟਾਈਮ ਜਾਣ ਲੈਂਦੇ ਬਟ ਗਾਣਿਆਂ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਫਨ ਕਿਹਦੇ ਨਾਲ ਲੱਗਾ ਕੰਮ ਕਰਕੇ ਜਦ ਫੀਚਰਿੰਗ ਕੀਤੀ ਤੁਸੀਂ ਇੱਦਾਂ ਦੇ ਕੰਪੈਨੀਸ ਕਰ ਸਕਦੇ ਹਨ ਐਵਰੀਬਡੀ ਇੱਕ ਜਿਹੜਾ ਕਦੇ ਵੀ ਨਹੀਂ ਭੁੱਲਦਾ ਸ਼ੂਟ ਕਦੇ ਵੀ ਨਹੀਂ ਭੁੱਲੇ ਆਈ ਥਿੰਕ ਦਿਲਜੀਤ ਅੱਛਾ ਹਰੀਸ਼ ਇਜ਼ ਆਈ ਐਮ ਬਾਇਸਡ ਬਿਕੋਜ਼ ਹੀ ਇਜ਼ ਅ ਫਰੈਂਡ ਤੇ ਉਹਨਾਂ ਨਾਲ ਤੇ ਇਫ ਆਈ ਸਿਟ ਲਾਈਕ ਦੈਟ ਫੋਨ ਤੇ ਵੀ ਗੱਲ ਹੋ ਗਈ ਹਾਂ ਇਟ ਵਿਲ ਬੀ ਗੁੱਡ ਓਨਲੀ ਕਿਉਂਕਿ ਫਰੈਂਡਸ ਨੇ ਤੇ ਦਿਲਜੀਤ ਦਾ ਭੁੱਲਦਾ ਨਹੀਂ ਲੈਂਬੋਰਗਿਨੀ ਹੰਬਲ ਨੇ ਫੀਲ ਹੀ ਨੀ ਕਰਾਉਂਦੇ ਕਿ ਹਾਂ ਯਾਰ ਮੈਂ ਜਿਵੇਂ ਹੁੰਦਾ ਹੈ ਪੰਜਾਬੀ ਇੰਡਸਟਰੀ ਚ ਥੋੜੀ ਜਿਹੀ ਤੇ ਫੁਕਰੀ ਹੁੰਦੀ ਹੈ ਹੀ ਨੀ ਮਤਲਬ ਮਤਲਬ ਹੀ ਇਜ਼ ਸੋ ਸੋ ਲਾਈਕ ਬੈਂਗ ਔਨ ਟੇਕ
ਤੇ ਮੈਂ ਥੋੜੀ ਜਿਹੀ ਗਰੀਡੀ ਐਕਟਰ ਆ, ਮੈਨੂੰ ਹੁੰਦਾ ਕਿ ਮੈਂ ਚੰਗੇ ਲੋਕਾਂ ਨਾਲ ਕੰਮ ਕਰਾਂ, ਡਾਇਰੈਕਟਰ ਚੰਗਾ ਹੋਵੇ, ਐਕਟਰ ਕੋ-ਸਟਾਰ ਚੰਗਾ ਹੋਵੇ, ਉਹਨਾਂ ਨਾਲ ਤੂੰ ਮੈਂ ਕੁਝ ਸਿੱਖ ਸਕਦੀ ਆ, ਹੈ ਨਾ? ਤੇ he was so good ki main unhan to aayi sikhiya ki tusi kinne bhi vadde ho jao you need to be humble. Yeah. I was really like he was so good. Eh vi hunda hai ki tusi kai vaari kisi nu pasand karde hunde ho, unhan de fan hunde ho, te unhan nu milan to baad na tode andar oh respect khatam ho jandi hai, lekin jehde change artist hunde ne unhan di respect double ho jandi hai. Double triple pata nahi kithe ho gayi hai meri respect for Diljit. He is amazing human. At least mera te mera experience bahut 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 badhiya hai sir. Right, te hun is lockdown de vich tode geeta rahi entertainment mile, chahe tusi oh pehla shoot kite hoye si lekin lockdown de vich aaye ne, te hun assi ummeed karni hai ki saal 2020 de end tak film pakka Simran sign kar legi. Kar liyo yaar, try da maar lo kuch nahi. हाँ जी कर लांगी, hopefully कोई मेनू ठीक ठाक भी मिल गई तो मैं कर लांगी. कर लो हुण दा देख लो भाई, सारे नु मैं दस दवा कि सिमरन इज रेडी टू डू अ फिल्म, ता हुण ए चीज कर लेनी चाहिदी है कि इना नु हुण वधिया जे किरदार ऑफर होण ते असी इस कुड़ी नु पर्दे दे उत्ते कहिंदे ना वधिया किरदार निभाउंदे होए देखिए, क्योंकि गाणियां दे विच ता इना ने खूब एंटरटेनमेंट दे दित्ता है सानू. ते सिमरन बहुत चंगा लगा तुहाडे नाल गलबात करके अज, ते उम्मीद करदे आ कि अगे असी जद मिलिए इन परसन तुहाडे ऑन लोकेशन ते मैं आवां, ते फिर मैं जानना कि हुण दसो किहो जिहा लग रहा है. फिल्म दे सेट ते आ? हां ओही ते कह रहे, ऑन लोकेशन फिल्म दे सेट ते मिला मैं तुहानू आके, ते फिर ओथे असीं गल्लां बातां करिए. फिर हुण जद तुहाडी कोई फिल्म स्टार्ट होगी, यू हैव टू टेक्स्ट मी कि हां ते हुण फिर आ जाओ. पक्का पक्का, यू विल बी वन ऑफ द फर्स्ट. जान तो पहले दर्शकां नू की कहना चाहोगे? मैं बस आ कहना चाहूंगी कि प्लीज 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 कोरोना करके थोड़ा जा ध्यान रखो, मास्क पाओ, हाथ तो आई नो सारे यार कह रहे ने, पर प्लीज थोड़ा जा कर लो, जे लोड ना होवे ते करो, बाहर ना जाओ, करे रहो, स्पेंड टाइम विद योर फैमिली, जस्ट स्टे सेफ, ते हां होपफुली सी यू सून. जानकारी जरूर लेके आवांगे. कैमरामैन अमित के नाल अमित कौशल, एक भी साझा रही, साइनिंग ऑफ, टेक केयर, बाय बाय.